हेलो जी, सत श्री अकाल, सलाम, नमस्ते, वेलकम बैक टू माई चैनल पंजाबी ब्लॉगर रितिका शर्मा। रियल लाइफ सवेर का टाइम आ, तो उठी तो मैं सवेरे 5:30 बजे सी, पर मशीन थोड़ा मैं लेट लगा रही हूँ। तो अज मौसम इदा लग रहा कि बारिश आऊगी, सवेर वेले इदा ही लग रहा सी, पर फिर बारिश भी आ गई सी। तो हुण मैं सब तो पहला लगा दूंगी मशीन, उस तो बाद मैं करनी है फिर ब्रेकफास्ट की तैयारी। मशीन लगा दिती आ, तो हुण मैं आ गई किचन दे विच। पहलां जिहड़े भांडे सीगे रात दे साफ किते होए, सुक गया, उन्हां ते कपड़ा मार के उन्हां नूं अपनी अपनी जगह ते रखना है। भांडे सारे रख दते आ, तो हुण मैं इधर सलफ ते पे आ जिहड़े इह डब्बे, ये भी राती साफ किते सी, जो डब्बा खाली हुंदा नाल नाल मैं साफ करके रख दिंदी हुंनी आ, तो इहनां ते भी कपड़ा मार के इहनां नूं अपनी जगह ते रख दूंगी। डब्बे सारे रख दते आ, तो हुण मैं चीनी दा जिहड़ा पाउडर बनाना है। पीसी हुई चीनी खत्म हो गई, हुण चीनी भी पीसनी है, थोड़ी जी पीस के रख लैनी हुंदी आ, जिद्दां कई बार मिठी लस्सी वगैरह बनानी हुंदी आ तां फिर कम आ जांदी आ। चीनी पीस के मैं प्लेट दे विच कढ़ देनी आ, थोड़ी देर इनू हवा लग जूगी, ठंडी हो जूगी, तो फिर बाद विच डब्बे दे विच पाऊंगी। जो पीस दे उदों गर्म हुंदी आ ना, नाल दी नाल ना पावे, तो बाद विच पानी चाहिए ठंडी होने तो बाद। तो हुण जिहड़ा इह मिक्सर वाला कप सीगा, इहदे विच मैं थोड़ी जिही दही पा के इहदी लस्सी बना दूंगी। लस्सी बना के मैं फ्रिज विच रख देनी ठंडी होने वास्ते, तो उस तो बाद फिर चीनी पाऊंगी। हवा जी लग गई है, थोड़ी ठंडी जी हो गई है, तो उन्हें भी डब्बे के विच पा के रख दूंगी।
ਤੇ ਹੁਣ ਲੱਗੀ ਆ ਮੈਂ ਨਿਊਟਰੀ ਦੀ ਸਬਜ਼ੀ ਬਣਾਉਣ। ਚੀਨੀ ਪਾ ਕੇ ਰੱਖ ਦਿੱਤੀ ਆ, ਆਲੂ ਤੇ ਨਿਊਟਰੀ ਉਬਲੇ ਹੋਏ ਆਲੂ ਆ ਤੇ ਨਿਊਟਰੀ ਉਬਲੀ ਹੋਈ, ਥੋੜੇ ਜਿਹੇ ਆਲੂ ਰੱਖ ਲੂੰਗੀ। ਕੁਝ ਆਲੂ ਦੀ ਪੇਠੀ ਪਈ ਆ, ਕੱਲ ਵੀ ਪਰਾਂਠੇ ਬਣਾਏ ਸੀ, ਬੱਚੇ ਕਹਿੰਦੇ ਅੱਜ ਵੀ ਪਰਾਂਠੇ ਖਾਣੇ ਆ, ਤੇ ਫਿਰ ਮੈਂ ਬੱਚਿਆਂ ਦੇ ਲਈ ਆਲੂ ਵਾਲੇ ਪਰਾਂਠੇ ਬਣਾ ਦੂੰਗੀ। ਮਸ਼ੀਨ 'ਚ ਕੱਪੜੇ ਹੋ ਗਏ ਸੀਗੇ ਪਰਾਂਠੇ ਬਣਾਉਣ ਤੋਂ ਪਹਿਲਾਂ, ਮੈਂ ਜਿਹੜੇ ਕੱਪੜੇ ਹੋਏ ਆ ਉਹਨਾਂ ਨੂੰ ਕੱਢ ਦੂੰਗੀ ਅਤੇ ਹੋਰ ਮਸ਼ੀਨ 'ਚ ਕੱਪੜੇ ਪਾ ਦੂੰਗੀ। ਸਵੇਰ ਟਾਈਮ ਕੰਮ ਬਹੁਤ ਹੁੰਦੇ, ਇੱਕ ਕੰਮ ਇੱਧਰ ਇੱਕ ਉੱਧਰ, ਇੱਦਾਂ ਲੱਗੇ ਰਹੀਦਾ ਲਗਾਤਾਰ, ਕਾਫੀ ਕੰਮ ਹੁੰਦੇ ਆ ਸਵੇਰੇ ਸਵੇਰੇ, ਜ਼ਿਆਦਾ ਕੰਮ ਉਲਝਦੇ ਆ। ਮਸ਼ੀਨ 'ਚ ਕੱਪੜੇ ਪਾਉਣ ਤੋਂ ਬਾਅਦ ਹੁਣ ਮੈਂ ਆ ਗਈ ਹਾਂ ਫਿਰ ਕਿਚਨ ਦੇ ਵਿੱਚ। ਹੁਣ ਮੈਂ ਬਣਾ ਰਹੀ ਆਲੂ ਵਾਲੇ ਪਰਾਂਠੇ ਬੱਚਿਆਂ ਦੇ ਲਈ, ਅਤੇ ਉਹ ਦੂਸਰੀ ਸਾਈਡ ਸਬਜ਼ੀ ਬਣ ਰਹੀ ਆਲੂ ਨਿਊਟਰੀ ਦੀ। ਬੱਚਿਆਂ ਨੂੰ ਸ਼ੌਂਕ ਆਲੂ ਵਾਲੇ ਪਰਾਂਠਿਆਂ ਦਾ, ਕੱਲ੍ਹ ਵੀ ਬਣਾਏ ਸੀ, ਅੱਜ ਮੈਂ ਫਿਰ ਬਣਾ ਰਹੀ ਹਾਂ। ਮੈਂ ਮਸ਼ੀਨ ਲਗਾ ਰੱਖੀ ਔਰ ਮੌਸਮ ਦਾ ਬੁਰਾ ਹਾਲ ਲੱਗਦਾ, ਬਾਰਿਸ਼ ਆਈ ਹੋ ਬਸ, ਕਿਆ ਬਣੀ ਗਰੀ। ਰਵੀ ਚੱਲ ਅੰਦਰ, ਅੰਦਰ ਚੱਲ ਅੰਦਰ, ਚਲੋ ਸਟਾਗੂ ਚਲੋ ਅੰਦਰ, ਗਿੱਲਾ ਹੋ ਰਿਹਾ, ਚਲੋ ਚਲੋ ਚਲੋ। ਲਵ ਸਕੂਲ ਚਲਾ ਗਿਆ ਔਰ ਸ਼ਰਮਾ ਜੀ ਵੀ ਚਲੇ ਗਏ ਆ ਕੰਮ 'ਤੇ, ਅਤੇ ਬਾਰਿਸ਼ ਪੈਣੀ ਸ਼ੁਰੂ ਹੋ ਚੁੱਕੀ ਆ, ਕਾਫੀ ਬਾਰਿਸ਼ ਪੈ ਰਹੀ ਆ। ਥੋੜ੍ਹੀ ਦੇਰ ਸਟਫਿੰਗ ਨਾਲ ਖੇਡਣ ਤੋਂ ਬਾਅਦ ਹੁਣ ਮੈਂ ਲੱਗੀ ਹਾਂ ਭਾਂਡੇ ਸਾਫ਼ ਕਰਨ, ਅਤੇ ਉਸ ਤੋਂ ਬਾਅਦ ਕੱਪੜੇ ਕਰਨੇ ਆ। ਕੱਪੜੇ ਮੈਂ ਧੋ ਕੇ ਮਸ਼ੀਨ 'ਚ ਪਾਤੇ ਸੀ ਅਤੇ ਜਿਹੜੇ ਸੁੱਕ ਗਏ ਆ ਉਹਨਾਂ ਨੂੰ ਬਾਹਰ ਕੱਢਤਾ, ਅਤੇ ਹੁਣ ਹੋਰ ਜਿਹੜਾ ਲਾਸਟ ਵਾਰ ਦਾ ਸੀਗਾ ਉਹ ਮਸ਼ੀਨ 'ਚ ਪਾ ਦਿੱਤੇ, ਅਤੇ ਬਾਰਿਸ਼ ਹਟ ਗਈ ਆ, ਬੱਦਲ ਤਾਂ ਹੈਗਾ ਏ ਉੱਦਾਂ ਬਾਰਿਸ਼ ਹਟ ਗਈ ਆ, ਅਤੇ ਕੱਪੜੇ ਮੈਂ ਉੱਪਰ ਸੁੱਕਣੇ ਪਾ ਕੇ ਆਊਂਗੀ। ਲੱਗਦਾ ਤਾਂ ਹੈਗਾ ਵੀ ਧੁੱਪ ਨਿਕਲੂਗੀ, ਥੋੜ੍ਹੀ ਥੋੜ੍ਹੀ ਜਿਹੀ ਲੱਗਦੀ ਸੀ, ਬੱਦਲ ਵੀ ਆ ਧੁੱਪ ਵੀ ਆ ਦੋਨੋਂ ਕੰਮ ਸੀਗੇ, ਅਤੇ ਮੈਂ ਉੱਪਰ ਕੱਪੜੇ ਲੈ ਕੇ ਜਾ ਰਹੀ ਹਾਂ। ਉੱਪਰ ਕੱਪੜੇ ਸੁੱਕਣੇ ਪਾ ਦਿੱਤੇ ਆ, ਅਤੇ ਬਾਰਿਸ਼ ਦਾ ਕੋਈ ਪਤਾ ਨਹੀਂ ਕਦੋਂ ਮਰਜ਼ੀ ਆ ਸਕੇ, ਥੋੜ੍ਹੀ ਥੋੜ੍ਹੀ ਧੁੱਪ ਵੀ ਸੀਗੇ, ਬੱਦਲ ਵੀ ਸੀਗੇ, ਅਤੇ ਫਿਰ ਮੈਂ ਕੱਪੜੇ ਸੁੱਕਣੇ ਪਾਤੇ ਕਿ ਜਿੰਨੀ ਦੇਰ ਹਵਾ ਲੱਗੂਗੀ ਉੱਨੀ ਦੇਰ ਹੀ ਵਧੀਆ, ਕੱਪੜੇ ਕਾਫੀ ਸੀਗੇ। ਅੱਜ ਕੱਲ੍ਹ ਇੱਦਾਂ ਦਾ ਮੌਸਮ ਹੋ ਰਿਹਾ ਕਿ ਇੱਕ ਮਿੰਟ ਵਿੱਚ ਦੀ ਤਾਂ ਬਾਰਿਸ਼ ਆ ਜਾਂਦੀ ਆ, ਮਿੰਟ ਵਿੱਚ ਦੀ ਧੁੱਪ ਨਿਕਲ ਆਉਂਦੀ ਆ, ਪਤਾ ਨਹੀਂ ਕੀ ਹੋ ਰਿਹਾ, ਅਤੇ ਕੁਛ ਨਹੀਂ ਪਤਾ ਚੱਲ ਰਿਹਾ ਇਹ ਦਿਨਾਂ ਦੇ ਵਿੱਚ। ਉੱਪਰ ਕੱਪੜੇ ਸੁੱਕਣੇ ਪਾ ਕੇ ਆਉਣ ਤੋਂ ਬਾਅਦ ਹੁਣ ਮੈਂ ਮਸ਼ੀਨ ਨੂੰ ਸਾਫ਼ ਕਰਕੇ ਫਿਰ ਇਹਨੂੰ ਵੀ ਆਪਣੀ ਜਗ੍ਹਾ 'ਤੇ ਲਗਾਉਂਗੀ। ਮਸ਼ੀਨ ਨੂੰ ਆਪਣੀ ਜਗ੍ਹਾ 'ਤੇ ਰੱਖਣ ਤੋਂ ਪਹਿਲਾਂ ਮੈਂ ਜਿੱਥੇ ਮਸ਼ੀਨ ਰੱਖਣੀ ਆ ਉੱਥੇ ਝਾੜੂ ਵੀ ਲਗਾ ਦੂੰਗੀ, ਜਿਹੜਾ ਮਾੜਾ ਮੋਟਾ ਕੂੜਾ ਹੋਊਗਾ ਸਾਫ਼ ਹੋ ਜੂਗਾ। ਬਸ ਮਸ਼ੀਨ 'ਤੇ ਕਵਰ ਚਾੜ ਕੇ ਫਿਰ ਮੈਂ ਆਪਣਾ ਝਾੜੂ ਪੋਚਾ ਕਰਨਾ ਹੈ।
झाड़ू सारे लगा दिता है। तो मैं हूँ यह जी मेरी इंटरलॉक वाली मशीन आ यह नीचे रख के आनी आ, तो उपर इन लौड़ तो पैंती नहीं, जो इंटरलॉक करनी होगी फिर नीचे कर लिया करूँगी, थोड़ी जगह खुल जूगी, यदि जगह कोई होर चीज़ रखूँगी। तो हिमांशु घर ही सीगा, फिर हिमांशु की हेल्प लेके मैं मशीन नीचे रखी आई हाँ, बस हूँ लगा दूँगी फटाफट पोचा, तो सवेर के मेरे काम सारे फिर कंप्लीट हो जाने। अगर आप जी ने मेरी अज की वीडियो वधिया लगी प्लीज़ लाइक शेयर सबसक्राइब जरूर कर लिया करो जी, आप सब दे प्यार और साथ दी बहुत बहुत ज़्यादा जरूरत है। और मेरी इंस्टा आई डी हैगी पंजाबी ब्लॉगर रितिका शर्मा, जो मेरे चैनल का नाम है वही मेरी इंस्टा आई डी है, अगर आप फॉलो करना चाहो तो कर सकते हो जी। मिलते हाँ फिर आने वाली वीडियोज़, तद तक लिए बाय बाय।